ਆਉਣ ਵਾਲੇ ਪੰਜਾਬੀ ਹਾਰਰ ਫਿਲਮ ਗੁड़िया ਦੇ ਪ੍ਰੋਮੋਸ਼ਨਸ ਚੱਲ ਰਹੇ ਨੇ ਜ਼ੋਰਾਂ ਸ਼ੋਰਾਂ ਤੇ ਕੈਂਟ ਤਰੀਕੇ ਨਾਲ ਦੱਸਦੀ ਹੈ ਕਿ ਫਿਲਮ ਦੀ ਟੀਮ ਤੇ ਫਿਲਮ ਦੀ ਸਟਾਰ ਕਾਸਟ ਵੱਖ-ਵੱਖ ਜਗ੍ਹਾਾਂ ਤੇ ਵਿਜ਼ਿਟ ਕਰ ਰਹੀ ਹੈ ਫਿਲਮ ਦੇ ਪ੍ਰੋਮੋਸ਼ਨਸ ਲਈ ਤੇ ਵੱਖ-ਵੱਖ ਕਾਲਜੇਸ ਦੇ ਵਿੱਚ ਵੀ ਜਾਇਆ ਜਾ ਰਿਹਾ ਹੈ ਹਾਲੀ ਦੇ ਵਿੱਚ ਫਿਲਮ ਦੀ ਟੀਮ ਪਹੁੰਚੀ ਹੈ ਲੁਧਿਆਣਾ ਤੇ ਇੱਥੋਂ ਦਾ ਰਿਸਪੌਂਸ ਬਹੁਤ ਹੀ ਸੋਹਣਾ ਸੀ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਅਪਡੇਟ ਸਾਹਮਣੇ ਆਈ ਹੈ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਯਵਰਾਜ ਹੰਸ ਫਾਰਮ ਕਰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਤੁਹਾਨੂੰ ਦੱਸਦੀ ਏ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਾਰਾ ਯੂਥ ਹੈ ਯੁਵਰਾਜ ਹੰਸ ਦੇ ਨਾਲ ਗੁੜੀਆਂ ਗੁੜੀਆਂ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇਹ ਵੀਡੀਓ ਲੁਧਿਆਣਾ ਦੇ ਕਾਲਜ ਦੀ ਹੈ ਜਿੱਥੇ ਕਿ ਫਿਲਮ ਦੀ ਟੀਮ ਫਿਲਮ ਦੇ ਪ੍ਰੋਮੋਸ਼ਨਸ ਨੂੰ ਕਰਨ ਲਈ ਪਹੁੰਚੀ ਹਾਲੀ ਦੇ ਵਿੱਚ ਚੰਡੀਗੜ੍ਹ ਮਹਾਲੀ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਵੀ ਫਿਲਮ ਦੀ ਟੀਮ ਪਹੁੰਚੀ ਜਿੱਥੇ ਕਿ ਬਹੁਤ ਹੀ ਚੰਗਾ ਰਿਸਪੌਂਸ ਮਿਲਿਆ ਫਿਲਮ ਦੀ ਟੀਮ ਨੂੰ ਤੇ ਯੁਵਰਾਜ ਹੰਸ ਦੀ ਪਰਫਾਰਮੈਂਸ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ ਹਾਲੀ ਦੇ ਵਿੱਚ ਅਜਿਹੀ ਇੱਕ ਵੀਡੀਓ ਲੁਧਿਆਣਾ ਦੇ ਕਾਲਜਸ ਤੋਂ ਵੀ ਸਾਹਮਣੇ ਆ ਰਹੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਆਪਣੀਆਂ ਸਕਰੀਨਸ ਤੇ ਦੇਖ ਸਕਦੇ ਹੋ ਸੋ ਇਸ ਤੋਂ ਇਲਾਵਾ ਦੱਸ ਦਈਏ ਕਿ ਇਹ ਫਿਲਮ ਪੰਜਾਬ ਦੀ ਪਹਿਲੀ ਹਾਰਰ ਫਿਲਮ ਹੈ ਜਿਸ ਨੂੰ ਵੇਖਣ ਲਈ ਲੋਕ ਬਹੁਤ ਜ਼ਿਆਦਾ ਐਕਸਾਈਟਡ ਨੇ ਤੇ ਦੱਸ ਦਈਏ ਕਿ ਇਸ ਦੇ ਵਿੱਚ ਮੇਨ ਲੀਡ ਨਿਭਾ ਰਹੇ ਨੇ ਯੁਵਰਾਜ ਹੰਸ ਤੇ ਸਾਵਨ ਰੂਪ ਵਾਲੀ ਸਾਵਨ ਰੂਪ ਵਾਲੀ ਇਸ ਫਿਲਮ ਦੇ ਵਿੱਚ ਗੁੜੀਆ ਦਾ ਕਿਰਦਾਰ ਨਿਭਾਉਣ ਵਾਲੇ ਨੇ ਲੋਕ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਫਾਈਨਲੀ ਇਹ ਇੱਕ ਹਾਰਰ ਕਿਰਦਾਰ ਨਿਭਾਉਣ ਵਾਲੇ ਨੇ ਜੋ ਕਿ ਨਦੀ ਜ਼ਿੰਦਗੀ ਦੀ ਨਦੇ ਕੈਰੀਅਰ ਦਾ ਪਹਿਲਾ ਹਾਰਰ ਕਿਰਦਾਰ ਹੈ ਤੇ ਦੱਸਦੀ ਹੈ ਕਿ ਯੋਗਰਾਜ ਹੰਸਲੀ ਵੀ ਅਜਿਹੇ ਜਾਨਰ ਦੀ ਇਹ ਪਹਿਲੀ ਫਿਲਮ ਹੈ ਤੇ ਪੰਜਾਬੀ ਇੰਡਸਟਰੀ ਨੂੰ ਤੇ ਪੰਜਾਬ ਦੇ ਆਡੀਅੰਸ ਨੂੰ ਇਸ ਫਿਲਮ ਦਾ ਬੇਹਦ ਇੰਤਜ਼ਾਰ ਹੈ ਇਸ ਫਿਲਮ ਦੇ ਵਿੱਚ ਯੋਗਰਾਜ ਹੰਸ ਤੇ ਸਾਵਨ ਰੂਪਵਾਲੀ ਤੋਂ ਇਲਾਵਾ ਹੋਰ ਵੀ ਕਈ ਪੰਜਾਬ ਦੇ ਮజే ਹੋਏ ਕਲਾਕਾਰ ਨਜ਼ਰ ਆਉਣ ਵਾਲੇ ਨੇ ਦੱਸਦੀ ਹੈ ਕਿ ਸਾਵਨ ਰੂਪਵਾਲੀ ਤੇ ਯੋਗਰਾਜ ਹੰਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਸ਼ਵਿੰਦਰ ਮੱਲ, ਆਰੁਸ਼ੀ ਐਨ ਸ਼ਰਮਾ, ਵਿੰਦੂਦਾਰਾ ਸਿੰਘ, ਸੁਨੀਤਾ ਤੇ ਰਹਿਮਾਂਸ਼ੂ ਅਰੋੜਾ ਤੇ ਮਾਰਾ ਨਯਰ ਵਰਗੇ ਕਈ ਆਰਟਿਸਟ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਣਗੇ ਫਿਲਮ ਦੇ ਟ੍ਰੇਲਰ ਨੂੰ ਆਲਰੇਡੀ ਦਰਸ਼ਕਾਂ ਦਾ ਭਰਮਾ ਹੰਗਾਰਾ ਮਿਲਿਆ ਤੇ ਹਾਲ ਹੀ ਦੇ ਵਿੱਚ ਯੁਵਰਾਜ ਹੰਸ ਤੇ ਜੀਡੀ 47 ਦੀ ਆਵਾਜ਼ ਦੇ ਵਿੱਚ ਰਿਲੀਜ਼ ਹੋਇਆ ਗੀਤ ਸੱਚ ਜਾਣ ਕੇ ਜਿਸ ਨੂੰ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਦੱਸਦੀ ਹੈ ਕਿ ਇਸ ਫਿਲਮ ਦੇ 뮤직 ਦੀ ਜ਼ਿੰਮੇਵਾਰੀ ਸੰਭੀ ਹੈ ਗੁਰਮੋਹ ਨੇ ਜੋ ਕਿ ਆਲਰੇਡੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਐਸਟੈਬਲਿਸ਼ਡ ਨਾਮ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਇਸ ਫਿਲਮ ਦੀ ਕਹਾਣੀ ਨੂੰ ਗੌਰਵ ਸੋਨੀ ਨੇ ਲਿਖਿਆ ਤੇ ਸਕ੍ਰੀਨ ਪਲੇ ਦਾ ਕ੍ਰੈਡਿਟ ਵੀ ਗੌਰਵ ਸੋਨੀ ਨੂੰ ਜਾਂਦਾ ਹੈ ਕਰਨ ਦੀ ਤੇਜੀ ਫਿਲਮ ਦੇ ਡੀਓਪੀ ਨੇ ਲਿਰਿਕਸ ਲਿਖੇ ਨੇ ਗੁਰਜੀਤ ਨੇ ਤੇ ਉਥੇ ਹੀ ਦੱਸਦੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਰਾਹੁਲ ਚੰ드ਰੇ ਦੇ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਗਾਰਗੀ ਚੰ드ਰੇ ਤੇ ਰਾਹੁਲ ਚੰ드ਰੇ ਦੋਹਾਂ ਦੇ ਵੱਲੋਂ ਤੇ ਇਹ ਫਿਲਮ ਸਿਨੇਮਾਸਟਰ ਐਂਟਰਟੇਨਮੈਂਟ ਦੇ ਬੈਨਰ ਹੇਟ ਰਿਲੀਜ਼ ਹੋਣ ਵਾਲੀ ਹੈ ਫਿਲਮ 24 ਨਵੰਬਰ ਨੂੰ ਆ ਰਹੀ ਹੈ ਸਿਨੇਮਾ ਕਰਾਂ ਦੇ ਵਿੱਚ ਕਿੰਨੇ ਐਕਸਾਈਟਿਡ ਹੋ ਗੁੜੀਆਂ ਫਿਲਮ ਲਈ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਪੋਲੀਵੁੱਡ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋ ਦ ਇੰਟਰਵਿਊਅਰਸ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ